कीप बना रहे हो। अच्छा देख ले। परौंठी मिल रही है मैंने कढ़ी के नाल, अज ही मिली है नहीं तो अगे मैंने सुखी मिल जाती होंगी है क्या मेरी। अचार ना कहते अचार ना खा, कहते मोटा बहुत हो गया। मैं क्या ठीक है जी, सत बचन इतने कहना ना मैं है ना। हाँ किदा जी की हाल चाल सारे का, ठीक ठाक हो। अज तरीक एक मिनट यार, तरीक मैंने भूल जाती है, अज तरीक किन्नी है, तरीक किन्नी है अज यार, तरीक 10 15 15। इन्हां दे कोल जदों भी मैं कैमरा लैके जाना डर ही जांदे ने सारे, की कहिंदे मूवी बना लगा साडी, साडा वीलॉग बना लगा भरावा, इह ते डरदे एडे ने। ते मैं की कहन लगा सीगा, अज 18 तरीक है, हाँ 18 तरीक है अज। ते अज आपां विद फैमिली जा रहे हैं गुरु घर दे दर्शन करन। ते इत्थे लागे लागे जाई दूर नहीं हैगे, 2 घंटे दे आई थिंक रफली, विद फैमिली जा रहे हैं सारे जने। 15 है यार, सॉरी कई बार वो गलत दस दिंदी है मैनू। ते अज फिर आप दर्शन करन जा रहे हैं, नाल तुसी भी चलो, नाल तुहानू भी दर्शन करवाने हैं। ते पहला हुण ब्रेकफास्ट कर लिए, परौंठी बनी हुई है, ते मेरी चाह भी लिया दो। ठीक है जी, कढ़ी का अचार का ते परौंठी का जो कॉम्बीनेशन है ना, ये कॉम्बीनेशन अलग ही आ, मज़ा आ जाता, पता नहीं अजीब जहा टेस्ट आता। मतलब दही तो है नहीं, दही का भी नाम नहीं, दही कितने है नहीं, मैं कहता मैं दही का नाम ही लिया, कढ़ी के अचार के नाल परौंठी बहुत वधिया। हाँ इदा की परौंठी हो गई, ठंडी ठंडी जी परौंठी जो स्कूलों च रिसेस च खाते होंगे थे ना। ड्राइवर साहब बिना लाइटा तो ही एस एम कितने पहुंची, कपूरथले आप कपूरथले ਬੜੇ ਮੈਂ ਕੰਮ ਕਰਨ ਜਾਂਦਾ ਤਾ ਜੀ ਇੱਥੇ ਆਪਣਾ ਸੁਲਤਾਨਪੁਰ ਲੋਧੀ ਹੋਇਆ, ਗੋਇੰਦਵਾਲ ਸਾਹਿਬ ਹੋਏ, ਅੱਗੇ ਪਿੰਡ ਸੀ ਇੱਕ ਉੱਥੇ ਵੀ ਗਿਆ ਵਾਂ, ਫਿਰ ਫੱਤੂ ਢਿੰਗੇ ਗਿਆ ਕੰਮ ਕਰਨ, ਬਾਈਕ 'ਤੇ ਜਾਈਦਾ ਸੀ। ਠੀਕ ਹੈ ਜੀ, ਇਹ ਬੋਪੜ ਹੈ ਨਹੀਂ ਫੱਤੂ ਢਿੰਗਾ, ਤਰਨ ਤਰਨ ਦੇ ਲਾਗੇ ਪੈਣ ਹੁਣ नानके भी लेके जाना मैं ਗਲੈਰੀਆਂ
ਜਿਹੜੇ ਆਪਾਂ ਹੁਣੇ ਗੁਰੂ ਘਰੇ ਹੋ ਕੇ ਆਏ ਦੋ ਬਿਲਕੁਲ ਨਾਲ ਨਾਲ ਹੀ ਸੀ ਅਤੇ ਉਹਨਾਂ 'ਚੋਂ ਜਿਹੜਾ ਪਹਿਲਾ ਗੁਰੂ ਘਰ ਸੀ ਉਹ ਸੀਗਾ ਗੁਰਦੁਆਰਾ ਮੱਲ ਸਾਹਿਬ ਉੱਥੇ ਕੀ ਹੁੰਦਾ ਸੀ ਸਿੱਧਾ 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 ਜਾਣਾ ਉੱਥੇ ਦੂਜੀ ਪਾਤਸ਼ਾਹੀ ਉਹ ਕੁਸ਼ਤੀਆਂ ਕਰਵਾਉਂਦੇ ਸੀਗੇ ਅਤੇ ਨਾਲ ਹੀ ਉੱਥੋਂ ਜਿਹੜੀ ਗੁਰਮੁਖੀ ਲਿਪੀ ਦੀ ਸ਼ੁਰੂਆਤ ਹੋਈ ਹੈ ਫਿਰ ਨਾਲੇ ਉੱਥੇ ਹਿਮਾਯੂ ਵੀ ਆਇਆ ਹੋਇਆ ਅਤੇ ਜਦੋਂ ਗੁਰੂ ਸਾਹਿਬ ਕੁਸ਼ਤੀਆਂ ਕਰਵਾ ਰਹੇ ਸੀ ਅਤੇ ਉਹਨੇ ਤਲਵਾਰ ਕੱਢਣ ਦੀ ਕੋਸ਼ਿਸ਼ ਕੀਤੀ ਉਹਦੀ ਤਲਵਾਰ ਨਿਕਲੀ ਨਹੀਂ ਨਾਰਾਜ਼ ਹੋ ਗਏ ਅਤੇ ਫਿਰ ਹਾਂ ਉਹ ਨਾਰਾਜ਼ ਹੋ ਗਿਆ ਸੀਗਾ ਅਤੇ ਉਹਨੇ ਤਲਵਾਰ ਕੱਢਣ ਦੀ ਕੋਸ਼ਿਸ਼ ਕੀਤੀ ਅਤੇ ਤਲਵਾਰ ਨਿਕਲੀ ਨਹੀਂ ਅਤੇ ਹੋਰ ਉੱਥੇ ਇੱਕ ਇਹ ਵੀ ਚੀਜ਼ ਪੜ੍ਹੀ ਹੈ ਕਹਿੰਦੇ ਕਿ ਜਿਹੜੇ ਭਲਵਾਨ ਨੇ ਜਿੰਨੇ ਵੀ ਭਲਵਾਨ ਹੈਗੇ ਨੇ ਹੁਣ ਕਹਿੰਦੇ ਕਿ ਇੱਥੇ ਮੱਥਾ ਟੇਕਣ ਆਉਂਦੇ ਨੇ ਅਰਦਾਸਾਂ ਕਰਨ ਆਉਂਦੇ ਨੇ ਤਾਂ ਕਿ ਵਧੀਆ ਕੁਸ਼ਤੀ 'ਚ ਉਹ ਆਪਣਾ ਜ਼ੋਰ ਦਿਖਾ ਸਕਣ ਅਤੇ ਇੱਥੇ ਇਹ ਵੀ ਚੀਜ਼ ਹੈ ਫਿਰ ਜਿਹੜਾ ਦੂਜਾ ਗੁਰੂ ਘਰ ਦੇਖਿਆ ਗੁਰਦੁਆਰੇ ਦਰਸ਼ਨ ਕੀਤੇ ਆ ਅੰਗੀਠਾ ਮੈਨੂੰ ਨਹੀਂ ਪਤਾ ਸੀਗਾ ਅੰਗੀਠਾ ਸਾਹਿਬ ਹਾਂ ਅੰਗੀਠਾ ਸਾਹਿਬ ਅਤੇ ਜਦੋਂ ਜਿਹੜਾ ਪਹਿਲਾ ਗੁਰੂ ਘਰ ਸੀ ਉਹ ਗੁਰੂ ਅੰਗਦ ਦੇਵ ਜੀ ਦਾ ਘਰ ਵੀ ਸੀਗਾ ਅਤੇ ਜਿਹੜਾ ਨਾਲ ਹੀ ਗੁਰੂ ਘਰ ਆ ਬਿਲਕੁਲ ਨਾਲ ਹੀ ਵਾਕਿੰਗ ਡਿਸਟੈਂਸ 'ਤੇ ਹੀ ਆ ਅਤੇ ਜਿਹੜਾ ਦੂਜਾ ਘਰ ਆਪਾਂ ਦੂਜਾ ਗੁਰੂ ਘਰ ਆ ਉੱਥੇ ਗੁਰੂ ਸਾਹਿਬ ਮਤਲਬ ਬਿਲਕੁਲ ਨਾਲ ਹੀ ਸੀਗਾ ਅਤੇ ਗੁਰੂ ਸਾਹਿਬ ਮਤਲਬ ਉੱਥੇ ਕਾਫੀ ਟਾਈਮ ਰਹੇ ਨੇ ਅਤੇ ਉੱਥੇ ਹੋਰ ਕੰਮ ਵਿਹਾਰ ਵੀ ਕੀਤਾ ਜਿਹੜੇ ਧਾਰਮਿਕ ਕਹਿ ਲਓ ਅਤੇ ਹੋਰ ਚੀਜ਼ਾਂ ਵੀ ਕੀਤੀਆਂ ਅਤੇ ਉਹੀ ਜਗ੍ਹਾ 'ਤੇ ਗੁਰੂ ਅੰਗਦ ਦੇਵ ਜੀ ਦਾ ਸੰਸਕਾਰ ਹੋਇਆ ਅਤੇ ਤਾਂ ਕਰਕੇ ਉਸ ਗੁਰੂ ਘਰ ਨੂੰ ਅੰਗੀਠਾ ਸਾਹਿਬ ਕਹਿ ਦਿੰਦੇ ਨੇ ਅਤੇ ਹੁਣ ਆਪਾਂ ਚੱਲੇ ਹਾਂ ਤਰਨ ਤਾਰਨ ਸਾਹਿਬ ਫਿਰ ਉੱਥੇ ਦਾ ਤੁਹਾਨੂੰ ਮਾੜਾ ਮੋਟਾ ਜਿੱਦਾਂ ਇਤਿਹਾਸ ਪੜ੍ਹਾਂਗਾ ਮੈਂ ਨਾਲ ਤੁਹਾਨੂੰ ਉਹ ਵੀ ਦੱਸੂੰਗਾ ਨਾਲ ਆਪਣੀ ਨੌਲੇਜ ਵਧਾਵਾਂਗੇ ਨਾਲ ਤੁਹਾਡੀ ਵੀ ਨਾਲ ਵਧਾਵਾਂਗੇ ਅਤੇ ਮੈਂ ਇਹ ਹੈ ਕਿ ਮੈਂ ਕਿਹਾ ਨਾਲ ਨਾਲ ਦੱਸਿਆ ਜਾਵਾਂ ਕਈ ਵਾਰੀ ਉਹ ਜਿਹੜਾ ਮੈਂ ਬੋਰਡ ਦੀ ਫੋਟੋ ਲਿੱਤੀ ਆ ਵੀਡੀਓ ਬਣਾਈ ਆ ਕਈ ਵਾਰੀ ਨਹੀਂ ਬਣਨ ਦਾ ਟਾਈਮ ਮਿਲਦਾ ਅਤੇ ਮੈਂ ਸੋਚਿਆ ਮੋਟਾ ਮੋਟਾ ਤੁਹਾਨੂੰ ਸਾਰਿਆਂ ਨੂੰ ਦੱਸੀ ਜਾਵਾਂ ਨਾਲ ਨਾਲ ਜੋ ਜੋ ਮੈਂ ਪੜ੍ਹ ਰਿਹਾ ਜੋ ਜੋ ਮੈਂ ਸਿੱਖ ਰਿਹਾ ਠੀਕ ਹੈ ਜੀ ਮੰਮੀ ਉੱਠੋ ਸੁੱਤੀ ਪਈ ਸੀ ਇਹ ਸੋਹਣਾ ਆ ਹੈਂ ਦੱਸੋ ਆਹ ਕਰਦੇ ਪਏ ਨੇ ਆਰਾਮ ਨਾਲ ਮਗਰ ਸੁੱਤੇ ਪਏ ਨੇ ਆਪਾਂ ਇੱਥੇ ਜਾਗਦੇ ਪਏ ਹਾਂ ਆਰਾਮ ਕਰਦੇ ਆਰਾਮ ਕਰਨ ਦੇ ਸੁਮਨ ਵੀ ਤੇ ਜਾਗਦੀ ਹੈ ਉਹ ਵੇਖੋ ਸੁਮਨ ਦੇਖ ਰਹੀ ਆ ਪੰਜਾਬ ਕੈਨੇਡੀਓ ਆਈ ਹੈ ਗੋਰੀ ਗੋਰੀ ਟੰਡਨਾ ਮਹੱਲੇ ਦੀ ਸਲੋ 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 ਭਰਾਵਾ ਉਹ ਸਲੋ ਹੀ ਹੈ ਤੂੰ ਟੈਨਸ਼ਨ ਨਾ ਲੈ ਯਾਰ Thank you.
एक गुरु घर गुरुद्वारा तरन तारण साहब पंजवें पातशाह गुरु अर्जन देव जी ने समर्पित है। तो यही जगह जिहड़ा तुसीं सोबर देख सकते हो यह 43 एकड़ दे विच बनया होया ते यह सब गुरु घर नालों वड्डा सरोवर है। इत्थे कहिंदे हाँ जी ਜਦੋਂ ਅੰਮ੍ਰਿਤਸਰ ਨਗਰੀ ਬਸਤੀ ਵਿੱਚ ਸੀ ਉਦੋਂ ਉਹਨਾਂ ਨੇ ਇਹ ਵੀ ਫਸਾਈ ਸੀਗੀ ਕਹਿੰਦੇ ਕਿ ਜਿਹੜਾ ਵਪਾਰ ਸੀਗਾ ਜਾਂ ਜਿਹੜੇ ਬਾਦਸ਼ਾਹ ਸੀ ਉਹ ਦਿੱਲੀ ਤੋਂ ਲਾਹੌਰ ਲਾਹੌਰ ਤੋਂ ਦਿੱਲੀ ਜਿਹੜਾ ਸਫ਼ਰ ਕਰਦੇ ਸੀ ਉਹਦੇ ਵਿੱਚ ਬਹੁਤ ਸਾਰੇ ਗੁਰਸਿੱਖ ਵੀ ਹੁੰਦੇ ਸੀਗੇ ਅਤੇ ਉਹਨਾਂ ਨੂੰ ਔਖਾ ਹੁੰਦਾ ਸੀ ਅੰਮ੍ਰਿਤਸਰ ਜਾਣਾ ਕਿ ਉਹ ਸਾਈਡ 'ਤੇ ਪੈ ਜਾਂਦਾ ਸੀ ਗੁਰੂ ਕੀ ਚੱਕ ਕਹਿੰਦੇ ਸੀਗੇ ਅੰਮ੍ਰਿਤਸਰ ਸਾਹਿਬ ਇਸ ਕਰਕੇ ਫਿਰ ਉਹਨੇ ਤਰਨ ਤਾਰਨ ਸਾਹਿਬ ਵਸਾਇਆ ਤਾਂ ਜੋ ਲੋਕ ਜਿਹੜੇ ਗੁਰਸਿੱਖ ਆ ਉਹ ਇੱਥੇ ਆਉਣ ਅਤੇ ਜੁੜਨ ਗੁਰੂ ਦੇ ਨਾਲ। ਕੀ ਬਾਤ ਹੈ, ਵੈਰੀ ਨਾਈਸ। ਆਪਣੇ ਇੱਕ ਫਰੈਂਡ ਨਾਲ ਮਿਲਾਉਣਾ, ਫਰੈਂਡ ਕੋਲ ਹੀ ਆ ਮੇਰੇ ਗਲੇ 'ਚ, ਤੁਸੀਂ ਪਹਿਲਾਂ ਹੀ ਦੱਸਦਾ ਡੇਂ ਟੇ ਨਹੀਂ ਸ਼ਿਵ ਜੀ ਨਹੀਂ ਮਿਲਿਆ। ਮੈਨੂੰ ਯਾਦ ਹੈ ਮੈਂ ਕਾਠਗੜ੍ਹ ਗਿਆ ਅਤੇ ਨਾ ਉੱਥੇ ਅਜਗਰ ਸੀ, ਅਜਗਰ ਸੀ ਨਾ, ਅਜਗਰ ਸੀ ਉਹਨੂੰ ਗਲ 'ਚ ਪਵਾ, ਕਿੱਡਾ ਹੀ ਭਾਰੀ ਸੀਗਾ ਅਜਗਰ, ਆਹੋ ਡੇਂ ਟੇ ਇਹਦਾ ਨਾਮ ਰੱਖਿਆ ਆਪਾਂ। ਕੀ ਨਾਂ ਰੱਖਿਆ ਇਹਦਾ? ਮੈਨੂੰ ਸੱਪਾਂ ਤੋਂ ਇੰਨਾ ਉਹ ਲੱਗਦਾ ਡਰ, ਮੈਨੂੰ ਪਤਾ ਹੀ ਨਹੀਂ ਪਾਪਾ ਨੇ ਕਦੋਂ ਖਰੀਦ ਲਿਆ, ਗੱਡੀ 'ਚ ਪਰ ਰੱਖਿਆ ਹੋਇਆ ਸੀ ਮੈਨੂੰ ਡਰਾਉਣ ਵਾਸਤੇ। ਨਹੀਂ ਹੁਣੇ ਖਰੀਦਿਆ। ਕਿੱਦਾਂ? ਹੁਣੇ ਖਰੀਦਿਆ ਜੀ। ਅੱਛਾ ਹੁਣੇ ਖਰੀਦਿਆ ਸੀਗਾ, ਜਦੋਂ ਤੂੰ ਦੇਖਿਆ ਨਾ। ਹਾਂ ਮੈਂ ਤਾਂ ਦੋ ਮਿੰਟ ਪਹਿਲਾਂ ਖਰੀਦਿਆ। ਅੱਛਾ ਕੀ ਬਾਤ ਹੈ, ਦੇਖ ਲਓ ਮੇਰਾ ਪਟਾਈ ਸਮਾਂ ਤਾਂ ਜਦੋਂ ਤੁਹਾਨੂੰ ਦੱਸਿਆ ਅੱਗੇ ਕਿ ਮੈਨੂੰ ਡਰ ਲੱਗਦਾ, ਡਰ ਦੂਰ ਕਰਨ ਵਾਸਤੇ ਲਿਆ, ਡਰ ਦੂਰ ਕਰਨ ਵਾਸਤੇ ਲਿਆ। ਕੀ ਬਾਤ ਹੈ, ਬਿਲਕੁਲ ਓਰੀਜਨਲ ਲੱਗਦਾ, ਗੱਲ 'ਚ ਪਾ ਲਿਆ। ਹਾਂ ਹੁਣ ਆਪਾਂ ਰਵਾਨਾ ਹੋ ਰਹੇ ਹਾਂ ਤਰਨਤਾਰਨ ਸਾਹਿਬ ਤੋਂ ਗੋਇੰਦਵਾਲ ਆਪਣਾ ਸੁਲਤਾਨਪੁਰ ਲੋਧੀ, ਸੁਲਤਾਨਪੁਰ ਲੋਧੀ ਵੱਲ। ਸੋ ਕਿੰਨੀ ਕੁ ਦੇਰ ਦਾ ਹੋਏਗਾ ਇੱਥੋਂ? 100 ਕਿਲੋਮੀਟਰ ਹੈਗਾ। 100 ਕਿਲੋਮੀਟਰ, ਚਲੋ ਠੀਕ ਹੈ ਜੀ। ਹਾਂਜੀ ਇੰਨੀ ਦੂਰ? ਹਾਂਜੀ ਹਾਂਜੀ ਬੀਬਾ ਜੀ, ਫਿਰ ਗੋਇੰਦਵਾਲ ਸਾਹਿਬ, ਫਿਰ ਜਲੰਧਰ। ਠੀਕ ਹੈ ਜੀ, ਚਲੋ ਚਲੀਏ। ਆਹੋ ਆਪਾਂ ਨਾਲੇ ਨਾ ਇੱਥੋਂ ਇੱਕ ਇਹ ਦੇਖੀ ਸੀ ਕਿ ਦੁਕਾਨ ਦੇਖੀ ਸੀ, ਇੱਥੋਂ ਨਾ ਤੇਲ ਨਿਕਲਦਾ ਸੀਗਾ, ਹੁਣ ਆਪਾਂ ਤੇਲ ਲੈਣ ਸਰੋਂ ਦਾ ਲਾਉਣ ਨੂੰ ਜਗ੍ਹਾ ਰੱਖੀ ਇਹਨਾਂ ਨੇ, ਮੈਂ ਸ਼ੈਡ ਲਾਉਂਦਾ। ਇੱਥੇ ਨਿਕਲਦਾ ਹੈ ਨਾ, ਆਹ ਵਾਲੀ ਆਪਾਂ ਆਪ ਨਹੀਂ ਚੱਲ ਲੈਂਦੇ ਹਾਂ, 300 ਵਾਲੀ, ਆਹ ਵਾਲੀ 300 ਦੀ ਹੈ ਨਾ, ਆਹ 300 ਦੀ ਕਿਹਾ ਭਾਅ ਜੀ, ਇਹ 300 ਦੀ ਆ, ਆਹ 750 ਦੀ ਆ, 5 ਲੀਟਰ ਹੈ ਨਾ, ਆਹ ਵਾਲੀ ਦੇ ਦਿਓ। 150 ਦਾ ਆਹ ਦੇ ਦਿਓ ਭਾਅ ਜੀ। ਇਹ ਗੁਰੂ ਘਰ ਸ਼੍ਰੀ ਬੋਲੀ ਸਾਹਿਬ ਹੈ ਅਤੇ ਗੋਇੰਦਵਾਲ ਸਾਹਿਬ ਦੇ ਵਿੱਚ ਹੈ ਅਤੇ ਇੱਥੇ ਮੰਨਿਆ ਜਾਂਦਾ ਹੈ ਕਿ 84 ਪੌੜੀਆਂ ਦੇ ਵਿੱਚ ਜਿਹੜਾ ਪਾਠ ਕਰਦਾ ਇੱਕ ਇੱਕ ਪੌੜੀ 'ਤੇ ਉਹਦੀ 84 ਜਿਹੜੀ ਹੈ ਕੱਟੀ ਜਾਂਦੀ ਹੈ। ਇਹ ਇੱਥੇ ਦੀ ਮਹਾਨਤਾ ਹੈ ਜਾਂ ਇਸ ਚੀਜ਼ ਨੂੰ ਇੱਥੇ ਮੰਨਿਆ ਜਾਂਦਾ ਅਤੇ ਇਹ ਤੀਜੀ ਪਾਤਸ਼ਾਹੀ ਗੁਰੂ ਅਮਰਦਾਸ ਜੀ ਦੀ ਜਗ੍ਹਾ ਜੀ।
ਤੁਸੀਂ ਦੋ ਤਿੰਨ ਵਾਰੀ ਰੁਕੇ ਹੋਣੇ ਹੋ ਇਹ ਗੁਰੂ ਘਰੇ ਦਰਸ਼ਨ ਕਰਨ ਆਏ ਆ, ਇਸ ਤੋਂ ਬਾਅਦ ਫਿਰ ਘਰੇ। ਸੁਮਨ ਇੱਥੇ ਕਾਫੀ ਵਾਰੀ ਆਈ ਹੋਈ ਹੈ ਨਾ, ਸੁਮਨ ਨੇ ਦਰਸ਼ਨ ਕੀਤੇ ਹੋਏ ਪਹਿਲਾਂ ਵੀ। ਮੇਰਾ ਪਹਿਲੀ ਵਾਰੀ ਆਇਆ ਮੈਂ ਇੱਧਰ ਬੀਰ ਸਾਹਿਬ। ਹੱਥ ਨਾ ਲਾਇਓ, ਹੱਥ ਨਾ ਲਾਇਓ। ਕਹਿੰਦੇ ਇਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਇਸ਼ਨਾਨ ਕਰਨ ਤੋਂ ਬਾਅਦ ਵੇਈ ਨਦੀ ਤੋਂ ਇੱਥੇ ਆ ਕੇ ਭਗਤੀ ਕਰਦੇ ਸੀ। ਇੱਥੇ ਹਾਂਜੀ ਇੱਥੇ ਗਏ ਲਿਖਿਆ ਹੋਇਆ, ਕਹਿੰਦੇ ਇਹ ਇੱਥੋਂ ਇਸ਼ਨਾਨ ਕਰਕੇ ਕਿੰਨੇ ਸਾਲ ਉੱਥੇ ਭੋਰਾ ਸਾਹਿਬ 'ਚ ਜਾ ਕੇ ਗੁਰੂ ਨਾਨਕ ਦੇਵ ਜੀ ਤਪੱਸਿਆ ਕਰਦੇ ਰਹਿੰਦੇ ਸੀ। ਕਿੰਨੀ ਜ਼ਿਆਦਾ ਪੰਛੀਆਂ ਦੀ ਉਹ ਹੈ ਨਾ, ਚਹਿਚਹਾਹਟ ਹੈ ਨਾ। ਹਾਂ ਇੱਧਰੋਂ ਸਾਰੇ ਆ ਪੇੜਾਂ 'ਚ ਆ। ਕਿੰਨੀ ਆਵਾਜ਼ ਆ, ਪਹਿਲਾਂ ਜਿਹੜੇ ਤੁਸੀਂ ਸਾਹਮਣੇ ਪੱਥਰ ਦੇਖ ਰਹੇ ਹੋ ਇਹ ਗੁਰਦੁਆਰਾ ਸ਼੍ਰੀ ਹਰਿ ਸਾਹਿਬ ਵਿੱਚ ਮੌਜੂਦ ਹਨ ਅਤੇ ਇਹ ਗੁਰੂ ਘਰ ਸੁਲਤਾਨਪੁਰ ਲੋਧੀ ਸ਼ਹਿਰ ਦੇ ਵਿੱਚ ਹੈ ਅਤੇ ਮੰਨਿਆ ਜਾਂਦਾ ਕਿ ਇਹ ਜਿਹੜੇ ਪੱਥਰ ਨੇ ਇਹੀ ਪੱਥਰ ਨੇ ਉਹ ਜਿਨ੍ਹਾਂ ਨਾਲ ਗੁਰੂ ਨਾਨਕ ਦੇਵ ਜੀ ਨੇ ਤੇਰਾ ਤੋਲਿਆ ਸੀਗਾ ਸੁਲਤਾਨਪੁਰ ਲੋਧੀ 'ਚ। ਸੋ ਇਹ ਉਹਨਾਂ ਨੇ ਯਾਦਾਂ ਜਾਂ ਕਹਿ ਲਓ ਜਾਂ ਸੰਭਾਲ ਕੇ ਰੱਖੀਆਂ ਹਨ ਅਤੇ ਮੈਂ ਵੀ ਪਹਿਲੀ ਵਾਰ ਦਰਸ਼ਨ ਕੀਤੇ, ਮੰਮੀ ਪਾਪਾ ਨੇ ਪਹਿਲਾਂ ਵੀ ਦਰਸ਼ਨ ਕੀਤੇ ਹੋਏ ਸੀ। ਸੋ ਮੈਨੂੰ ਜਿਹੜੇ ਆ ਇਸ ਜਗ੍ਹਾ 'ਤੇ ਲੈ ਕੇ ਆਏ ਜਿਹੜੇ ਮੈਂ ਦੇਖੇ। ਹਾਂਜੀ ਸੋ ਘਰ ਆ ਗਏ ਸੀਗੇ ਆਪਾਂ, ਅਰਾਊਂਡ 8:15 ਆ ਗਏ ਸੀਗੇ ਅਤੇ ਹੁਣ ਟਾਈਮ ਹੋ ਚੁੱਕਾ ਆ 10:15।
ਸੌਣ ਦਾ ਟਾਈਮ ਹੋ ਚੁੱਕਿਆ, ਆਰਾਮ ਕਰਨ ਦਾ ਟਾਈਮ ਹੋ ਚੁੱਕਿਆ। ਸੋ ਮਿਲਦੇ ਹਾਂ ਤੁਹਾਨੂੰ ਹੋਰ ਕਿਸੇ ਅਗਲੇ ਵਲੌਗ ਦੇ ਵਿੱਚ। ਚੰਗਾ ਜੀ, ਰੱਬ ਰਾਖਾ।